ਕੋਈ 40-50 ਦੇ ਕਰੀਬ ਪਿੰਡ ਵੀ ਹੈਗੇ ਜੀ ਪਿੰਡ, ਕਿਹੜੀਆਂ ਕਿਹੜੀਆਂ ਪ੍ਰੋਬਲਮ ਆਉਂਦੀਆਂ ਉਹ ਕਿੰਨੀ ਦੇਰ ਤੋਂ ਤੁਸੀਂ ਇੱਥੇ ਰਹਿ ਰਹੇ ਹੋ? ਪ੍ਰੋਬਲਮ ਸਰ ਜੀ ਅਸੀਂ 88 ਤੋਂ 2 ਸਾਲ ਪਹਿਲਾਂ ਦੇ ਰਹਿਣ ਦੇ ਇੱਥੇ। ਪ੍ਰੋਬਲਮ ਇਹ ਹੀ ਹੈ, ਡੰਗਰ ਡੁੰਗਰ ਸਾਡੇ ਪਾਰ ਜਾਂਦੇ ਚੁਗਣ ਪੱਠਿਆਂ 'ਚ, ਅਤੇ ਪ੍ਰੋਬਲਮ ਇਹ ਜਿਹੜੇ ਜ਼ਿਆਦਾ ਪਾਣੀ ਆ ਗਿਆ ਇਸ ਜਾਲ ਨੂੰ ਪਹਿਲਾਂ ਪੁਲ ਅੱਜ ਕੱਲ੍ਹ ਚੁੱਕਿਆ ਜਾਂਦਾ, ਅਤੇ ਕਿਸੇ ਦੀ ਪੈਂਦੀ ਹੈ, ਕਿਸੇ ਜਿਹਦੇ ਜਾਲੇ ਜ਼ਿਆਦਾ ਪਾਣੀ ਆ ਜਾਂਦਾ, ਕਿਸੇ ਨਹੀਂ ਪੈਂਦੀ। ਫਿਰ ਅੱਗੇ ਉਹਦੇ 'ਚ ਕੀ ਕੰਮ ਹੋ ਜਾਂਦਾ, ਪਿੰਡ ਪੁੰਡ ਬੜੇ ਆ ਪਾਰ, ਅਤੇ ਉਹਨਾਂ ਨੂੰ ਵੀ ਪ੍ਰੋਬਲਮ ਆਉਂਦੀ ਹੈ, ਡਾਕਟਰ ਡੂਕਟਰ ਦੇ ਆਉਣਾ, ਉਹਨਾਂ ਦਵਾਈ ਦਵੂਈ ਲੈਣ ਤਾਂ ਵੀ ਪ੍ਰੋਬਲਮ ਬੜੀ ਹੈ, ਕਿਉਂ ਉੱਧਰ ਦੀ ਆਉਣਾ ਤਾਂ 22-23 ਕਿਲੋਮੀਟਰ ਘੁੰਮ ਕੇ ਆਉਣਾ ਪੈਂਦਾ, ਇੱਧਰੋਂ ਆਉਣਾ ਅਤੇ ਇੱਧਰੋਂ ਸ਼ਾਰਟਕੱਟ ਜਾਣਾ ਤਾਂ 1.5 ਕਿਲੋਮੀਟਰ ਸਾਰਾ ਹੀ। ਇਹ ਕੋਈ ਕੋਈ ਪ੍ਰੋਬਲਮ ਆ, ਇੱਥੇ ਜਾਂਦੇ ਪੁੜ ਬਣਨਾ ਚਾਹੀਦਾ ਜਾਂ ਬਿੜੀ ਵੱਡੀ ਪੈਣੀ ਚਾਹੀਦੀ ਆ ਕੇ। ਸਰ ਸਾਡੇ ਵਾਸਤੇ ਸਾਡੇ ਡੇਰੇ ਪਾਰ ਹੁੰਦੇ, ਦਰਿਆ ਪਾਣੀ ਆ ਜਾਂਦਾ, ਨਾ ਬਿਜਲੀ ਨਾ ਪੁਲ, ਤਾਂ ਬੜੀ ਮੁਸ਼ਕਿਲ, ਕਿਤੇ ਬੰਦਾ ਸਾਡਾ ਬਿਮਾਰ ਹੋ ਜਾਵੇ ਫਿਰ ਉੱਧਰੋਂ ਉਗਾਉਣਾ ਪੈਂਦਾ 20-22 ਕਿਲੋਮੀਟਰ, ਬੜੀ ਮੁਸ਼ਕਿਲ ਸਾਡੇ ਵਾਸਤੇ, ਅਤੇ ਜਾਂ ਪੁਲ ਪੈਣਾ ਚਾਹੀਦਾ ਜਾਂ ਬਿਜਲੀ ਪੈ ਜਾ, ਸਾਡੇ ਵਾਸਤੇ ਇਹ ਮੁਸ਼ਕਿਲ ਹੈ। 20-25 ਸਾਲ ਅਸੀਂ ਇੱਥੇ ਰਹਿੰਦੇ ਹੋ ਗਏ, ਸਾਡੇ ਵਾਸਤੇ ਬੜੀ ਮੁਸ਼ਕਿਲ ਹੈ। ਜਿਸ ਨੇ ਬੱਚੇ ਵੀ ਦੇਖਿਆ ਕਿ ਸਕੂਲ ਤੁਹਾਡੇ ਜਾਂਦੇ ਨੇ, ਰੁਕ ਜਾਂਦੇ ਸਾਡੇ, ਜਿਸਲੇ ਪਾਣੀ ਆ ਜਾਵੇ ਨਾ ਬੀੜੀ ਨਾ ਪੁਲ, ਬੱਚੇ ਰੁਕ ਜਾਂਦੇ ਹੁੰਦੇ, ਅਸੀਂ 8-8 ਦਿਨ 10-10 ਦਿਨ ਬੱਚੇ ਸਾਡੇ ਰੁਕੇ ਰਹਿੰਦੇ, ਆ ਹੀ ਨਹੀਂ ਸਕਦੇ। ਬੰਦਾ ਬਿਮਾਰ ਹੋ ਗਿਆ ਸਾਡਾ, ਫਿਰ ਉਹ ਵੀ ਰੁਕ ਜਾਂਦਾ, ਫਿਰ ਕਹਿੰਦਾ ਭਜੇਗੀ, ਬੜੀ ਸਾਡੇ ਵਾਸਤੇ ਬੜੀ ਮੁਸ਼ਕਿਲ। ਕੀ ਮੰਗ ਕੀ ਕਰਦੇ ਹੋ? ਜਾਣੀ ਜੀ ਪੁਲ ਪੈ ਜਾਏ ਸਾਡੇ ਵਾਸਤੇ, ਗਰੀਬਾਂ ਵਾਸਤੇ, ਸਾਰਿਆਂ ਕੋਲ ਵਧੀਆ। ਜਾਂ ਬੀੜੀ ਜਿਹੜੀ ਛੋਟੀ ਆ ਅਤੇ ਜ਼ਿਆਦਾ ਪਾਣੀ 'ਚ ਅਸੀਂ ਪਾਉਂਦੇ ਨਹੀਂ, ਕਿਉਂਕਿ ਰਿਸ਼ਕੀ ਕੰਮ ਹੈ, ਅਤੇ ਬਾਕੀ ਵੱਡੀ ਬੀੜੀ ਹੋਏ ਤਾਂ ਭਾਵੇਂ ਜ਼ਿਆਦਾ ਪਾਣੀ ਤਾਂ ਹੀ ਬੰਦਾ ਪਾ ਸਕਦਾ, ਇਹੋ ਹੀ ਇੱਥੇ ਬੇੜੀ ਵੱਡੀ ਆਉਣੀ ਚਾਹੀਦੀ ਹੈ, ਵੱਡੀ ਬੇੜੀ ਆ ਜਾਏ ਤਾਂ ਫਿਰ ਕੋਈ ਦਿੱਕਤ ਨਹੀਂ ਆਉਣ ਜਾਣ ਦੀ ਪਬਲਿਕ ਨੂੰ ਵੀ। ਜਿਸ ਨਾਲ ਪੁਲ ਚੁੱਕਿਆ ਗਿਆ, ਪਲਟੂਨ ਪੁਲ ਸੀਗਾ ਇੱਥੇ ਬਣੇ, ਹਾਂਜੀ, ਅਗਰ ਇੱਥੇ ਪੱਕਾ ਪੁਲ ਬਣ ਜਾਵੇ ਫਿਰ ਤਾਂ ਬਿਹਤਰ ਠੀਕ ਹੈ। ਪੱਕਾ ਪੁਲ ਬਣਾਉਂਦਾ ਕੋਈ ਨਹੀਂ, ਇੱਥੇ ਕਹਿ ਜਾਂਦੇ ਸਾਰੇ ਬਣਾਉਂਦਾ ਕੋਈ ਨਹੀਂ, ਸਾਰੇ ਕਹਿੰਦੇ ਵੀ ਬਣ ਜਾਣਾ ਬਣਾਉਂਦੇ ਨਹੀਂ, ਅਫਸਰ ਆਉਂਦੇ ਨੇ ਇੱਥੇ ਚੱਕਰ ਚੁੱਕਰ ਲਗਾਉਂਦੇ ਨੇ, ਉਸ ਹਾਂ ਚੱਕਰ ਲਾ ਕੇ ਚੱਲ ਜਾਂਦਾ, ਉਹ ਕਹਿੰਦੇ ਬਣਾ ਦੇਣਾ, ਬਣਾਉਂਦਾ ਕੋਈ ਨਹੀਂ। ਲੱਗਦਾ ਨਹੀਂ ਵੀ ਜਿਸ ਤਰ੍ਹਾਂ ਇਹ ਹੁਣ ਬੇੜੀ ਨਹੀਂ ਪੈਂਦੀ ਵੀ ਪਾਣੀ ਕਾਫੀ ਆ ਗਿਆ, ਪਲਟੂਨ ਪੁੱਲ ਵੀ ਚੱਕਿਆ ਗਿਆ, ਇਹ ਕੱਟਿਆ ਨਹੀਂ ਗਿਆ ਹਿੰਦੁਸਤਾਨ ਦੇ ਨਾਲ? ਜਿਸ ਤਰ੍ਹਾਂ ਲੱਗਦਾ ਨਹੀਂ ਜਿਸ ਤਰ੍ਹਾਂ ਹਿੰਦੁਸਤਾਨ ਨਾਲ? ਹਾਂਜੀ ਹਾਂਜੀ, ਕਜਾ ਇੱਥੋਂ 4 ਕਿਲੋਮੀਟਰ ਪੇਕਦਾ ਅਤੇ ਕਜਾ ਉੱਪਰੋਂ 22-23 ਕਿਲੋਮੀਟਰ ਪੇਕਦਾ, ਐੜੇ ਪਿੰਡ ਨਾ ਕੋਈ 40-50, ਇਹਨਾਂ ਨੂੰ ਬਿਲਕੁਲ ਸ਼ਾਰਟ ਪੈਂਦਾ ਇੱਧਰੋਂ, ਅਤੇ ਕਥਲੋਰ ਜਾਣਾ ਇਹਦੇ ਨਾਲ ਵਾਸਤੇ ਮੁਸ਼ਕਿਲ ਹੈ। ਤਾਂ ਵੱਡੀ ਬੇੜੀ ਹੋਵੇ ਤਾਂ ਚਲੋ ਜ਼ਿਆਦਾ ਪਾਣੀ 'ਚ ਬੰਦਾ ਸੁੱਟ ਸਕਦਾ, ਅੱਜ ਛੋਟੇ ਪਾਣੀ ਮਛੂਆ ਜਿਹੜਾ ਛੋਟਾ ਆ ਇਹ ਪਾਓ ਤਾਂ ਫਿਰ ਰਿਸਕੀ ਕੰਮ ਹੈਗਾ, ਕਿਉਂਕਿ ਜ਼ਿਆਦਾ ਪਾਣੀ ਤਿੱਖੇ ਪਾਣੀ 'ਚ ਨਹੀਂ ਚੱਲਣਾ ਨਹੀਂ।